ਸਤਿ ਸ਼੍ਰੀ ਅਕਾਲ ਕਿਸਾਨ ਵੀਰੋ। ਕੱਲ੍ਹ ਦੀ ਰਾਤ ਦੀ ਬਾਰਿਸ਼ ਤੋਂ ਬਾਅਦ ਬਹੁਤ ਹੀ ਸੋਹਣੀ ਸਵੇਰ ਹੋਈ ਹੈ। ਬਾਰਿਸ਼ ਵੀ ਬਹੁਤ ਵਧੀਆ ਹੋਈ ਹੈ, ਨਾ ਬਹੁਤੀ ਜ਼ਿਆਦਾ ਸੀ ਨਾ ਹੀ ਬਹੁਤੀ ਘੱਟ ਸੀ, ਜਿਹਦੇ ਕਰਕੇ ਫਸਲ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ। ਇਸ ਟਾਈਮ ਤਕਰੀਬਨ ਸਾਰੀ ਹੀ ਫਸਲਾਂ ਨੂੰ, ਭਾਵੇਂ ਕਣਕ ਪਛੇਤੀ ਹੋਏ ਭਾਵੇਂ ਗੇਤੀ ਹੋਏ, ਸਭ ਨੂੰ ਹੀ ਲੋੜ ਸੀ, ਬਾਰਿਸ਼ ਸੀ। ਸੋ ਬਾਰਿਸ਼ ਬਹੁਤ ਜ਼ਿਆਦਾ, ਜਿਹਦੇ ਕਰਕੇ ਹਨੇਰੀ ਵੀ ਨਾ ਚੱਲਣ ਕਰਕੇ ਬਾਰਿਸ਼ ਦਾ ਜਿਹੜਾ ਬਹੁਤ ਵਧੀਆ ਫਸਲ ਡਿੱਗੀ ਵੀ ਨਹੀਂ। ਆ ਜਿਹੜੀ ਸੀਡ ਦੀ ਆਪਾਂ ਮੈਂ ਤੁਹਾਡੇ ਨਾਲ ਗੱਲ ਥੋੜ੍ਹਾ ਜਿਹੀ ਸਾਂਝੀ ਕਰਨਾ ਚਾਹੁੰਦਾ ਸਾਂ, ਇਹ ਸੀਡ ਹੈ ਜੀ HT 3117। ਸ਼ਾਇਦ ਕੁਛ ਕਿਸਾਨ ਵੀਰਾਂ ਨੇ ਸੁਣਿਆ ਹੋਏ ਜਾਂ ਹਾਲੇ ਨਹੀਂ, ਲੋਕਾਂ ਦੀ ਹਾਲੇ ਨਹੀਂ ਆਇਆ ਮਾਰਕੀਟ 'ਚ। HT 3117 ਜੀ ਬਹੁਤ ਹੀ ਵਧੀਆ ਸੀਡ ਹੈ। ਮੈਂ ਕੁਛ ਨਵੇਂ ਸੀਡ ਕਰਕੇ ਥੋੜ੍ਹਾ ਘੱਟ ਹੀ ਲਗਾਇਆ, ਬਟ ਮੈਂ ਸਗੋਂ ਪਛਤਾਨਾ ਕਿ ਮੈਂ ਕਿਉਂ ਇਹਨੂੰ ਥੋੜ੍ਹਾ ਜ਼ਿਆਦਾ ਮੈਨੂੰ ਬੀਜਣੀ ਚਾਹੀਦੀ ਸੀ। ਇਹ ਜਿਹੜਾ ਸੀਡ ਹੈ ਜੀ, ਇਹਦੀ ਫੋਟ ਬਹੁਤ ਜ਼ਿਆਦਾ, ਜਿਹੜੀ ਇਹਦੀ ਟਿਲਰਿੰਗ ਸਟੇਜ 'ਤੇ ਜਦੋਂ ਇਹ ਹੁੰਦਾ ਨਾ ਜੀ, ਉਦੋਂ ਤਾਂ ਪੈਲੀ ਇੱਕਦਮ ਭਰ ਜਾਂਦੀ ਹੈ ਜੀ। ਬਹੁਤ ਹੀ ਜ਼ਿਆਦਾ ਬਹੁਤ ਹੀ ਸੋਹਣੀ ਫੋਟ ਹੈ ਜੀ, ਅਤੇ ਆਹ ਤੁਸੀਂ ਦੇਖ ਸਕਦੇ ਹੋ ਹੁਣੇ ਆਪਣਾ ਪੂਰੀ ਫਲਾਵਰਿੰਗ ਸਟੇਜ 'ਤੇ ਇਹ ਆ ਚੁੱਕਿਆ, ਨਿਸਰ ਚੁੱਕਿਆ। ਤੁਸੀਂ ਦੇਖ ਸਕਦੇ ਹੋ ਸਿੱਟੇ ਦੀ ਜਿਹੜੀ ਲੈਂਥ ਹੈ ਉਹ ਵੀ ਚੰਗੀ ਹੈ, ਅਤੇ ਅੰਦਰ ਮੈਂ ਤੁਹਾਨੂੰ ਵੜ ਕੇ ਮੈਂ ਤੁਹਾਨੂੰ ਥੋੜ੍ਹਾ ਦਿਖਾ ਦਿਆਂ ਕਿ ਅੰਦਰ ਜਗ੍ਹਾ ਵੀ ਨਹੀਂ ਹੈਗੀ ਜੀ, ਬਿਲਕੁਲ ਤੁਰਨ ਦੀ ਜਗ੍ਹਾ ਵੀ ਨਹੀਂ ਹੈਗੀ। ਜਿਹੜੇ ਬੰਦੇ ਸਪਰੇਅ ਕਰਦੇ ਸਨ ਉਹਨਾਂ ਵੀ ਮੈਨੂੰ ਕਿਹਾ ਕਿ ਭਾਅ ਜੀ ਇਹਦੇ 'ਚ ਸਪਰੇਅ ਆਪਾਂ ਕਿੱਦਾਂ ਕਰ ਸਕਦੇ ਹਾਂ, ਕਿ ਇਹਦੇ 'ਚ ਚੱਲਣ ਦੀ ਵੀ ਜਗ੍ਹਾ ਨਹੀਂ ਹੈਗੀ। ਸੋ ਤੁਸੀਂ ਆਪ ਦੇਖ ਸਕਦੇ ਹੋ ਇੱਥੋਂ, ਆਹ ਦੇਖ ਸਕਦੇ ਹੋ ਜੀ, ਇਹ ਤਕਰੀਬਨ 5 ਨਵੰਬਰ ਤੋਂ 15 ਨਵੰਬਰ ਉਹੀ ਜਿਹੜੀ ਆਮ ਆਪਣੀ ਬਿਜਾਈ ਹੁੰਦੀ ਹੈ ਉਹਦੇ 'ਚ ਹੀ ਇਹਦਾ ਟਾਈਮ ਹੈ ਅਤੇ ਬੀਜਣ ਦਾ। ਅਤੇ ਇਹ ਬਹੁਤ ਹੀ HD, ਮੈਂ ਫਿਰ ਦੱਸ ਦਿਆਂ HD 3117। ਅਤੇ ਇਹਦਾ ਹੁਣ ਯੀਲਡ ਟਾਈਮ ਅਤੇ ਉਦੋਂ ਇਹਦਾ ਜਿਹੜੀ ਐਵਰੇਜ ਪਿਛਲੀ ਵਾਰ ਰਹੀ ਹੈ 26 ਤੋਂ 29 ਕੁਇੰਟਲ ਤੱਕ ਦੀ ਐਵਰੇਜ, ਅਤੇ ਬਾਕੀ ਇਸ ਵਾਰ ਦੇਖੋ ਸੋਹਣਾ ਖੜੀ ਹੈ। ਤੁਸੀਂ ਆ ਬਰਾਬਰ ਆ, ਬਿਲਕੁਲ ਹਾਈਟ ਦੀ ਕਹਿੰਦੇ ਸਨ, ਹਾਈਟ ਵੀ ਕੋਈ ਜ਼ਿਆਦਾ ਨਹੀਂ, ਵਿੱਚ ਕੁਛ ਇੱਕ ਦੋ ਜਗ੍ਹਾ ਹੀ ਡਿੱਗੀਆਂ ਨੇ, ਅਤੇ ਕੋਈ ਜ਼ਿਆਦਾ ਉਹ ਵੀ ਪਿਛਲਾ ਜਿਹੜੀ ਹਨੇਰੀ ਜੀ ਆਈ ਸੀ ਉਹਦੇ ਨਾਲ ਥੋੜ੍ਹੀ ਜਿਹੀ ਟੇਢੀ ਹੋਏ ਨੇ, ਕਿਉਂਕਿ ਵਜ਼ਨ ਬਹੁਤ ਜ਼ਿਆਦਾ ਹੈ ਅਤੇ ਪੱਤਾ ਵੀ ਚੌੜਾ ਹੈ, ਵਜ਼ਨ ਵੀ ਬਹੁਤ ਜ਼ਿਆਦਾ ਹੈ। ਅਤੇ ਫੋਟ ਜਿਹੜੀ ਸਪੈਸ਼ਲੀ ਤੁਸੀਂ ਇਹਦੀ ਦੇਖ ਸਕਦੇ ਹੋ, ਇਕੱਲੇ ਇਕੱਲੇ ਬੂਟੇ ਦੀ ਬਹੁਤ ਬਹੁਤ, ਇਹਦੇ 'ਚ ਕਾਫੀ ਕਾਫੀ ਨਾਲੀਆਂ ਨੇ ਜੀ। ਸੋ HD 3117 ਜੇ ਕਿਸੇ ਵੀਰ ਨੇ ਅੱਗੋਂ ਇਹਨੂੰ ਲਗਾਉਣ ਦਾ ਤੁਹਾਡਾ ਇਰਾਦਾ ਹੋਏ ਇਹਨੂੰ ਬੀਜਣ ਦਾ, ਤਾਂ ਕੋਈ ਹੈਜ਼ੀਟੇਸ਼ਨ ਕਰਨ ਦੀ ਲੋੜ ਨਹੀਂ, ਬਹੁਤ ਹੀ ਸੋਹਣਾ ਖੜਾ ਫਸਲ ਅਤੇ ਦਿਲ ਲੱਗਦਾ ਫਸਲ ਦੇਖ ਕੇ ਅਗਲੀ ਵਾਰ ਦੀ ਬਿਜਾਈ। ਸਪੈਸ਼ਲੀ ਜਿਹੜੇ ਆਪਣੇ ਕਿਸਾਨ ਵੀਰ ਬਿਜਾਈ ਕਰਦੇ ਨੇ ਝੋਨਾ ਵੱਢਣ ਤੋਂ ਸਿੱਧਾ ਡਾਇਰੈਕਟ, ਜਿਵੇਂ ਹੈਪੀ ਸੀਡਰ ਨਾਲ ਜਾਂ ਫਿਰ ਅੱਪੜ ਕਈ ਆਪਾਂ ਬੀਜ ਦਿੰਦੇ ਹਾਂ, ਆਪਾਂ ਖੇਤ ਨੂੰ ਵਾਹੁੰਦੇ ਨਹੀਂ, ਰੌਣਕ ਆਪਾਂ ਖੇਤ ਨੂੰ ਨਹੀਂ ਵਾਹੁੰਦੇ ਜਾਂ ਖੇਤ ਨੂੰ ਉੱਦਾਂ ਹੀ ਬੰਦ ਖੇਤ ਨੂੰ ਬੀਜ ਦਿੰਦੇ ਹਾਂ, ਉਹਦੇ ਲਈ ਬਹੁਤ ਚੰਗਾ, ਕਿਉਂਕਿ ਉਹਦੇ 'ਚ ਦੂਜੀਆਂ ਜਿਹੜੀਆਂ ਕਣਕਾਂ ਹੁੰਦੀਆਂ ਨੇ ਆਪਾਂ ਨੂੰ ਹੁੰਦਾ ਕਿ ਫੋਟ ਥੋੜ੍ਹੀ ਘੱਟ ਹੋਏਗੀ, ਬਟ ਇਹ ਜਿਹੜਾ ਸੀਡ ਹੈ ਇਹ ਫੋਟ ਬਹੁਤ ਜ਼ਿਆਦਾ ਕਰਦਾ, ਕਿਉਂਕਿ ਪੈਲੀ ਇਹ ਸਾਰੀ ਹੀ ਭਰ ਦਿੰਦਾ, ਲੱਗਦਾ ਐਵੇਂ ਜਿਵੇਂ 60 ਕਿਲੋ ਬੀਜ ਆਪਾਂ ਬੀਜਿਆ ਹੋਏ, ਬਟ ਬੀਜ ਵੀਰੋ 40 ਕਿਲੋ ਹੀ ਹੈ। 40 ਕਿਲੋ ਸੀਡ ਪੂਰੇ 8 ਕਨਾਲਾਂ ਵਿੱਚ ਪੂਰੇ ਪਰ ਏਕੜ 'ਚ ਬੀਜਿਆ ਗਿਆ, ਅਤੇ 40 ਕਿਲੋ ਦੀ ਬੈਗ ਸਨ, ਤਿੰਨਾਂ ਏਕੜ 'ਚ ਪੂਰਾ ਪੂਰਾ ਬੀਜਿਆ, ਬਟ ਜਿਹੜਾ ਇਹਦਾ ਫਟਾਵ ਹੈ ਉਹ ਬਹੁਤ ਹੀ ਜ਼ਿਆਦਾ। ਸੋ ਧੰਨਵਾਦ ਸਾਰਿਆਂ ਦਾ, ਜੇ ਵੀ ਸੀਡ ਬਾਰੇ ਹੋਰ ਨੌਲੇਜ ਲੈਣੀ ਹੋਏ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨੈਕਸਟ ਟਾਈਮ ਇਹ ਸੀਡ ਅਵੇਲੇਬਲ ਹੋਏਗਾ। ਥੈਂਕ ਯੂ ਜੀ ਸਾਰੇ ਵੀਰਾਂ ਦਾ ਫੋਰ ਵਾਚਿੰਗ ਦਿਸ ਵੀਡੀਓ, ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ।